ਬਚਪਨ ਤੋਂ ਲੈ ਕੇ ਹੁਣ ਤੱਕ ਤੁਸੀਂ ਕਦੇ ਨਾ ਕਦੇ ਬੋਰਨ ਬੀਟਾ ਪੀਤਾ ਜ਼ਰੂਰ ਹੋਏਗਾ ਤੇ ਜੇਕਰ ਤੁਸੀਂ ਇੱਕ ਬੱਚੇ ਦੀ ਮਾਂ ਹੋ ਤਾਂ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਕਦੀ ਨਾ ਕਦੀ ਬੋਰਨ ਬੀਟਾ ਦਿੱਤਾ ਹੋਏਗਾ ਜਾਂ ਦੇ ਰਹੇ ਹੋਵੋਗੇ ਅਗਰ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਤਾਂ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਜੀ ਤੁਹਾਡੇ ਬੱਚਿਆਂ ਦੀ ਹੈਲਥ ਨਾਲ ਜੁੜੀ ਹੋਈ ਵੀਡੀਓ ਆ ਇਹਨੂੰ ਪੂਰੀ ਦੇਖਿਓ ਬੋਰਨ ਬੀਟਾ ਦੇ ਪੈਕੇਟ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਤੁਹਾਡੀ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਬ੍ਰੇਨ ਨੂੰ ਐਕਟਿਵ ਕਰਦੀ ਹੈ ਤੇ ਤੁਹਾਨੂੰ ਇਮਿਊਨਿਟੀ ਦਿੰਦੀ ਹੈ ਵਿਟਾਮਿਨਸ ਦਿੰਦੀ ਹੈ ਲੇਕਿਨ ਅਸਲ ਦੇ ਵਿੱਚ ਹੋਨੇ ਇੱਕ ਖੋਜ ਹੋਇਆ ਹੈ ਤੇ ਇੱਕ ਰਿਸਰਚ ਦੇ ਮੁਤਾਬਕ ਇਹਦੇ ਖਿਲਾਫ ਕਾਫੀ ਜ਼ਿਆਦਾ ਕੰਪਲੇਂਟਸ ਆਈਆਂ ਨੇ ਜਿਸ ਕੰਪਨੀ ਨੇ ਕੈਡਬਰੀ ਨੂੰ ਖਰੀਦਿਆ ਹੈ ਕਿਉਂਕਿ ਬੌਰਨ ਬੀਟਾ ਕੈਡਬਰੀ ਦਾ ਹੀ ਪ੍ਰੋਡਕਟ ਹੈ ਉਹਦੇ ਖਿਲਾਫ ਇੱਕ ਪਟੀਸ਼ਨ ਜਾਰੀ ਹੋਈ ਹੈ ਜਿਦੇ ਵਿੱਚ ਇਹ ਕਿਹਾ ਗਿਆ ਹੈ ਕਿ ਤੁਸੀਂ ਆਦੇ ਲੇਬਲ ਤੋਂ ਸਾਰੀਆਂ ਚੀਜ਼ਾਂ ਹਟਾਓ ਬਿਕੋਜ਼ ਬੌਰਨ ਬੀਟਾ ਵਿੱਚ ਜਿਹੜੀਆਂ ਵੀ ਚੀਜ਼ਾਂ ਦੱਸੀਆਂ ਗਈਆਂ ਉਹ ਬਿਲਕੁਲ ਵੀ ਨਹੀਂ ਕੰਮ ਕਰਦੀਆਂ ਜੇਕਰ ਤੁਸੀਂ ਲੰਬੇ ਸਮੇਂ ਤੋਂ ਜਾਂ ਕਈ ਸਾਲਾਂ ਤੋਂ ਬੌਰਨ ਬੀਟਾ ਪੀ ਰਹੇ ਹੋ ਤਾਂ ਤੁਸੀਂ ਇਹ ਫੀਲ ਵੀ ਕੀਤਾ ਹੋਊਗਾ ਕਿ ਇਹਦੇ ਨਾਲ ਸਾਨੂੰ ਕੋਈ ਵੀ ਫਾਇਦਾ ਨਹੀਂ ਹੋ ਰਿਹਾ ਕਿਉਂਕਿ ਇਹਦੇ ਵਿੱਚ ਜਿੰਨਾ ਵੀ ਇਹ ਕੁਆਂਟੀਟੀ ਚ ਤੁਸੀਂ ਲੈਨੇ ਹੋ ਇੱਕ ਪੈਕੇਟ ਜਾਂ ਬਾਕਸ ਇਦੇ ਵਿੱਚ 50% ਤੋਂ ਜ਼ਿਆਦਾ ਇਹਦੇ ਵਿੱਚ ਜਿਹੜੀ ਹੈਗੀ ਐਡਿਡ 슈ਗਰ ਆ ਤੇ ਐਡਿਡ 슈ਗਰ ਤੇ ਪ੍ਰੋਸੈਸ ਫੂਡ ਕਦੇ ਵੀ ਕਿਸੇ ਦੇ ਲਈ ਵੀ ਹੈਲਦੀ ਨਹੀਂ ਹੋ ਸਕਦਾ ਦੂਸਰਾ ਦੇ ਵਿੱਚ ਕੋਕੋ ਸੋਲਿਡ ਪਾਇਆ ਗਿਆ ਹੈ ਜੋ ਕਿ ਅਗੇਨ ਅਨ ਹੈਲਦੀ ਮੰਨੇ ਜਾਂਦਾ ਹੈ ਤੇ ਨਾਲ ਹੀ ਇਹਦੇ ਵਿੱਚ ਫੂਡ 150 ਸੀ ਪਾਇਆ ਜਾਂਦਾ ਹੈ ਜੀ ਦੀ ਜੇਕਰ ਜ਼ਿਆਦਾ ਮਾਤਰਾ ਖਾਣੇ ਦੇ ਵਿੱਚ ਹੋ ਜੇ ਤਾਂ ਤੁਹਾਨੂੰ ਕੈਂਸਰ ਵੀ ਹੋ ਸਕਦਾ ਹੈ ਸੋ ਗਾਇਸ ਜੇਕਰ ਤੁਸੀਂ ਇਹਦੇ ਬੱਚਿਆਂ ਨੂੰ ਕੁਝ ਹੈਲਦੀ ਦੇਣਾ ਹੀ ਚਾਹੁੰਦੇ ਹੋ ਤੁਹਾਡੇ ਬੱਚਿਆਂ ਨੂੰ ਦੁੱਧ ਦਾ ਟੇਸ ਨਹੀਂ ਸੰਦ ਤਾਂ ਬੋਰਨ ਬੇਟਾ ਜਾਂ ਕੋਈ ਵੀ ਇੰਦਾਂ ਦਾ ਹੈਲਥ ਸਪਲੀਮੈਂਟ ਦੇਣ ਤੋਂ ਚੰਗਾ ਹੈ ਤੁਸੀਂ ਡਰਾਈ ਫਰੂਟਸ ਪੀਸ ਕੇ ਇੱਕ ਪਾਊਡਰ ਬਣਾ ਲਓ ਉਹਨੂੰ ਇਹਦੇ ਵਿੱਚ ਪਾ ਕੇ ਦੇਓ ਕੇਸਰ ਪਾ ਕੇ ਦੇ ਸਕਦੇ ਹੋ ਦੇ ਬੱਚੇ ਨੂੰ ਇਲਾਇਚੀ ਜਾਂ ਸੌਂਫ ਪਾ ਕੇ ਦੇ ਸਕਦੇ ਹੋ ਜਾਂ ਫਿਰ ਤੁਸੀਂ ਹਲਕੀ ਕੌਫੀ ਪਾ ਕੇ ਵੀ ਦੇ ਸਕਦੇ ਹੋ ਲੇਕਿਨ ਬੌਮ ਬੀਟਾ ਨੂੰ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਫੈਮਲੀ ਨੂੰ ਦਿਨੇ ਹੋ ਇਹ ਸਮਝ ਕੇ ਕਿ ਇਹ ਹੈਲਦੀ ਹੈ ਤਾਂ ਬਿਲਕੁਲ ਤੁਹਾਡੀ ਰੋਂਗ ਪਰਸੈਪਸ਼ਨ ਆ ਤੁਸੀਂ ਚਾਹੋ ਤਾਂ ਇਸ ਦੇ ਗੂਗਲ ਵੀ ਕਰ ਸਕਦੇ ਹੋ ਨਾਨੀ ਦਾ ਟੇਸਟੀ ਖਾਣਾ ਚੈਨਲ ਨੂੰ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਸਿਰਫ ਸਰਫ ਸਹੀ ਤੇ ਸਟੀਕ ਜਾਣਕਾਰੀ ਦਿੱਤੀ ਜਾਂਦੀ ਹੈ ਜਿਹਦੇ ਨਾਲ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਚੰਗੀ ਤਰੀਕੇ ਨਾਲ ਖਿਆਲ ਰੱਖ ਸਕਦੇ ਹੋ ਤੰਦਰੁਸਤ ਰਹਿ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਆਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਨਵੀਂ ਜਾਣਕਾਰੀ ਦੇ ਨਾਲ ਤਤਕਲੀ ਸ਼ਸ਼ਟ੍ਰੀਕਾਲ